ਫਿਲਮ ਆ ਰਹੀ ਹੈ ਇੰਨੀ ਜਲਦੀ ਬਲੈਕੀਆ ਬਿਲਕੁਲ ਜੀ ਉਹਨਾਂ ਦੀ ਕਾਸਟ ਮੇਰੇ ਨਾਲ ਹੈ ਦੇਵ ਐਂਡ ਇਹਾਨਾ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਦੀ ਸ਼ੋਅ ਸਤਿ ਸ਼੍ਰੀ ਅਕਾਲ ਜੀ ਬਲੈਕੀਆ ਬਣਨ ਦੀ ਨੌਬਤ ਕਿਉਂ ਆ ਗਈ ਬਲੈਕੀਆ ਬਣਨ ਦੀ ਜ਼ਰੂਰਤ ਤਾਂ ਪੈ ਗਈ ਜੀ ਪਹਿਲਾਂ ਗੈਂਗਸਟਰ ਫਿਰ ਡਾਕੂਆਂ ਦਾ ਮੁੰਡਾ ਫਿਰ ਇੱਕ ਬਲੈਕੀਆ ਦੀ ਕਸਰ ਰਹਿ ਗਈ ਸੀ ਮੈਂ ਕਿਹਾ ਉਹ ਵੀ ਪੂਰੀ ਕਰ ਦਈਏ ਤੁਹਾਡਾ ਦਿਲ ਨਹੀਂ ਕਰਦਾ ਫੁੱਲ ਫਲੈਜ ਰੋਮਾਂਟਿਕ ਫਿਲਮ ਕਰਨ ਦਾ ਜਿਵੇਂ ਕਿ ਸਾਰੀ ਇੰਡਸਟਰੀ ਕਰ ਰਹੀ ਹੈ ਕੀਤੀ ਸੀ ਜੀ ਪਿੱਛੇ ਦੇ ਕਾਕਾ ਜੀ ਮੈਨੂੰ ਪਤਾ ਸੀ ਬੋਲਣਗੇ ਆਈ ਆਲਸੋ ਨੋ ਦੈਟ ਉਹ ਠੀਕ ਰਹਿ ਗਈ ਮੂਵੀ ਵੈਸੇ ਮੇਰਾ ਵੀ ਦਿਲ ਕਰਦਾ ਕਿ ਮੈਂ ਡਿਫਰੈਂਟ ਡਿਫਰੈਂਟ ਜੋਨਰ ਦੀਆਂ ਮੂਵੀਜ਼ ਕਰਾਂ ਪਰ ਫਿਲਹਾਲ ਜੋ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਮੇਰੇ ਕੋਲ ਆਉਂਦੇ ਨੇ ਉਹ ਐਕਸ਼ਨ ਲੈ ਕੇ ਆਉਂਦੇ ਨੇ ਬੈਕ ਟੂ ਬੈਕ ਫਿਲਮਾਂ ਦੀ ਬਜਾਏ ਜੇਕਰ ਮੇਨ ਔਰ ਇੰਪੋਰਟੈਂਟ ਰੋਲ ਹੈਗਾ ਰਾਈਟਰ ਦਾ ਜੇ ਉਹ ਅੱਛਾ ਕੰਟੈਂਟ ਲਿਖਦੇ ਆ ਔਰ ਡਿਲੀਵਰ ਕਰਦੇ ਆ ਤਾਂ ਲੱਗਦਾ ਹੀ ਨਹੀਂ ਕਿ ਕਦੀ ਕੋਈ ਫਿਲਮ ਫਲੌਪ ਹੋ ਸਕਦੀ ਬਿਲਕੁਲ ਬਿਲਕੁਲ ਸੋ ਰਾਈਟਰ ਨੂੰ ਸਭ ਤੋਂ ਜ਼ਿਆਦਾ ਕੰਮ ਕਰਨਾ ਚਾਹੀਦਾ ਤੇ ਭੇਡ ਚਾਲ ਦੇ ਪਿੱਛੇ ਦੁਨੀਆ ਪੈਂਦੀ ਹੈ ਕਿ ਜੇ ਜੀ ਕਾਮੇਡੀ ਤੇ ਇੱਕ ਹਿੱਟ ਹੋ ਗਈ ਤਾਂ ਪਿੱਛੇ 50 ਬਣ ਜਾਂਦੀਆਂ ਨੇ ਜੀ ਜੋ 3 ਚੱਲਦੀਆਂ ਨੇ 47 ਫਲੌਪ ਹੁੰਦੀਆਂ ਨੇ ਬਿਲਕੁਲ ਅੱਛਾ ਇਹਨਾ ਜਦੋਂ ਤੁਹਾਨੂੰ ਕੋਲ ਫਿਲਮ ਆਈ ਹੈ ਨਾ ਤੁਹਾਨੂੰ ਪਤਾ ਲੱਗਾ ਕਿ ਦੇਵ ਫਿਲਮ ਦੇ ਵਿੱਚ ਹੈਗੇ ਨੇ ਔਰ ਤੁਸੀਂ ਪੂਰੀ ਨਰੇਸ਼ਨ ਵਗੈਰਾ ਜਦੋਂ ਲਈ ਸੋ ਪਹਿਲਾ ਥੋਟ ਮਾਈਂਡ ਦੇ ਵਿੱਚ ਕੀ ਸੀ ਪਹਿਲਾ ਥੋਟ ਤਾਂ ਇਹ ਸੀਗਾ ਕਿ ਅਸੀਂ ਦੇਵ ਦੀਆਂ ਪਿੱਛੇ ਸਾਰੀਆਂ ਮੂਵੀਜ਼ ਹਿੱਟ ਗਈਆਂ ਸੋ ਆਫ ਕੋਰਸ ਹੀ ਹੈਜ਼ ਅ ਅਮੇਜ਼ਿੰਗ ਫੈਨ ਫੋਲੋਇੰਗ ਐਂਡ ਹੀ ਇਜ਼ ਅ ਬ੍ਰਿਲੀਅੰਟ ਐਕਟਰ ਬਿਕੋਜ਼ ਥੀਏਟਰ ਬੈਕਗਰਾਊਂਡ ਤੋਂ ਨੇ ਤੋ ਯੂ ਨੋ ਤੁਹਾਨੂੰ ਵੀ ਚੰਗਾ ਲੱਗਦਾ ਹੈ ਵੈਨ ਤੁਹਾਡੇ ਸਾਹਮਣੇ ਵਾਲਾ ਐਕਟਰ ਅੱਛਾ ਹੁੰਦਾ ਨਾ ਤਾਂ ਤੁਹਾਡੀ ਵੀ ਪਰਫੋਰਮੈਂਸ ਉਹ ਨਿਕਲ ਕੇ ਆਉਂਦੀ ਹੈ ਅੱਛਾ ਜਦੋਂ ਪਹਿਲਾਂ ਤੁਸੀਂ ਦੱਸਿਆ ਐਕਸਪੀਰੀਅੰਸ ਸੋ ਫਸਟ ਡੇ ਜਦੋਂ ਤੁਸੀਂ ਇਹਨਾਂ ਨੂੰ ਮਿਲੇ ਸੋ ਕਿਹੜੀ ਚੀਜ਼ ਅਨਐਕਸਪੈਕਟਿਡ ਸੀ ਇਹਨਾਂ ਜੋ ਹੋਈ ਸੀ ਅਨਐਕਸਪੈਕਟਿਡ ਨਾ ਲਾਈਕ ਦੈਟ ਅਸੀਂ ਈਵਨਿੰਗ ਦਾ ਇੱਕ ਸ਼ਾਰਟ ਕਰੀ ਸੀ ਇਟ ਵਾਜ਼ ਮੀ ਐਂਡ ਮਾਈ ਮਦਰ ਸਾਡਾ ਦੋਨਾਂ ਦਾ ਸ਼ਾਰਟ ਸੀਗਾ ਸੋ ਸਡਨਲੀ ਸਾਡੇ ਡਾਇਰੈਕਟਰ ਧੰਜਲ ਸਾਹਿਬ ਬੋਲਦੇ ਆ ਦੇਵ ਸੈੱਟ 'ਤੇ ਆਇਆ ਆਮ ਲਾਈਕ ਓਕੇ ਕਿੱਥੇ ਆ ਦੇਵ ਕਿੱਥੇ ਆ ਸੋ ਆਈ ਵਾਜ਼ ਡੂਇੰਗ ਮਾਈ ਸੀਨ ਐਂਡ ਇਹਨਾਂ ਨੇ ਮੈਨੂੰ ਦੇਖਿਆ ਇਹਨਾਂ ਨੇ ਤਾਂ ਦੇਖਿਆ ਇੱਧਰ ਹੀ ਨਿਕਲ ਗਏ ਮੈਂ ਕਿਹਾ ਯਾਰ ਆਈ ਵਾਜ਼ ਰਾਈਟ ਇਹਨਾਂ 'ਚ ਬੜਾ ਐਟੀਟਿਊਡ ਆ ਸੋ ਇੱਕ ਡਾਇਲੋਗ ਤੁਸੀਂ ਇਹਨਾਂ ਨੂੰ ਬੋਲਣਾ ਠੀਕ ਹੈ ਉਹਨਾਂ ਦੇ ਲਈ ਰੋਮਾਂਟਿਕਲੀ ਅੱਖਾਂ 'ਚ ਅੱਖਾਂ ਪਾ ਗਏ ਯੈਸ ਯੈਸ ਕਮ ਔਨ ਗੱਲਾਂ ਤੁਹਾਡੀਆਂ ਅੱਖਾਂ ਦੇ ਵਿੱਚ ਮੈਨੂੰ ਜਾਨ ਨਜ਼ਰ ਆਉਂਦਾ ਹੈ ਤੇ ਅੱਖਾਂ ਦੇ ਵਿੱਚ ਰੱਬ ਤੁਸੀਂ ਜਿੱਦਾਂ ਇਸ ਫਿਲਮ ਦੇ ਵਿੱਚ ਬੈਲ ਬੋਟਮਸ ਪੈਂਟਸ ਪਾਈਆਂ ਨੇ ਐਂਡ ਉਹ ਵਾਲਾ ਸਟਾਈਲ ਹੈ ਸੋ ਤੁਸੀਂ ਇਹ ਵੈਸੇ ਕਦੀ ਆਪਣੀ ਲਾਈਫ ਦੇ ਵਿੱਚ ਪਹਿਲੇ ਮਤਲਬ ਕਰ ਚੁੱਕੇ ਹੋ ਵੇਅਰ ਮੈਂ ਕਦੇ ਵੀ ਕੋਈ ਫਿਲਮ ਸੋਹਣਾ ਲੱਗਣ ਲਈ ਨਹੀਂ ਕਰਦਾ ਮੈਂ ਫਿਲਮ ਕੈਰੈਕਟਰ ਲੱਗਣ ਲਈ ਕਰਦਾ ਰਾਈਟ ਤੁਸੀਂ ਤਾਂ ਡਾਇਲੌਗ ਵੀ ਮਾਰਿਆ ਆਪਦੀ ਟ੍ਰੇਲਰ ਹਾਂ ਮੈਂ ਉਹ ਕਿਹਾ ਇਹ ਬੈਲ ਬੋਟਮ ਮਦਰ ਕਹਿੰਦੀ ਹੈ ਪੁੱਤੇ ਕਿ ਕਹਿੰਦਾ ਉਹ ਧਰਮਿੰਦਰ ਲੰਬੂ ਸਟਾਈਲ ਲੰਬੂ ਅਮਿਤਾਭ ਬੱਚਨ ਜੀ ਰੋਣਾ ਯੋ ਵਾਲਾ ਚਾਹੀਦਾ ਮੈਨੂੰ ਰਾਈਟ ਤੇ ਹੀ ਇਜ਼ ਆਲਵੇਸ ਚਿਲਿੰਗ ਔਨ ਦ ਸੈਟ ਆਈ ਮੀਨ ਜੇ ਸ਼ਾਰਟ ਚ ਆਬਵੀਅਸਲੀ ਹੀ ਜਦੋਂ ਸ਼ਾਰਟ ਦੇ ਰਹੇ ਹੋ ਉਸ ਟਾਈਮ ਤੇ ਹੀ ਸੀਰੀਅਸ ਐਂਡ ਹੀ ਇਜ਼ ਇਨਟੂ ਕੈਰੈਕਟਰ ਬਟ ਜਿਵੇਂ ਸ਼ਾਰਟ ਖਤਮ ਹੁੰਦਾ ਹੀ ਇਜ਼ ਆਲਵੇਸ ਚਿਲਿੰਗ ਇਹ ਆਨਾ ਜੀ ਬਾਰੇ ਇੱਕ ਜਿਹੜੀ ਗੱਲ ਆ ਉਹ ਹੈ ਕਿ ਹਮੇਸ਼ਾ ਇਹਨਾਂ ਦੇ ਫੇਸ ਤੇ ਸਮਾਈਲ ਰਹਿੰਦੀ ਹੈ ਔਰ ਹੱਸਦੇ ਰਹਿੰਦੇ ਆ ਸੋ ਵਧੀਆ ਗੱਲ ਹੈ ਹੱਸਦੇ ਖੇਡਦੇ ਰਹਿਣਾ ਚਾਹੀਦਾ ਤਾਂ ਮੈਂ ਕਦੇ ਇਹਨਾਂ ਨੂੰ ਸੀਰੀਅਸ ਨਹੀਂ ਦੇਖਿਆ ਜਾਂ ਗੁੱਸੇ 'ਚ ਨਹੀਂ ਦੇਖਿਆ ਸੈੱਟ ਦੇ ਉੱਤੇ ਤਾਂ ਹਮੇਸ਼ਾ ਜੇ ਇਹਨਾਂ ਨੇ ਗੁੱਸਾ ਵੀ ਕੱਢਣਾ ਤਾਂ ਉਹ ਵੀ ਹੱਸ ਕੇ ਕੱਢਣਾ ਹੁਣ ਸਾਡੇ ਨਾਲ ਨੇ ਉਹ ਜਿਹੜੇ ਕੈਮਰੇ ਦੀ ਅੱਖ ਦੇ ਨਾਲ ਦੇਖਦੇ ਨੇ ਸਾਰਾ ਕੁਝ ਵੈਸੇ ਤੁਸੀਂ ਇਹ ਦੱਸੋ ਕਿ ਤੁਸੀਂ ਫਿਲਮ ਬਣਾਈਏ ਤੁਹਾਡਾ ਕਦੀ ਟਾਕਰਾ ਟੁਕਰਾ ਹੋਇਆ ਕਿਸੇ ਬਲੈਕੀਆ ਦੇ ਨਾਲ ਡਾਕੂਆਂ ਦੇ ਮੁੰਡੇ ਨੂੰ ਪਹਿਲਾਂ ਮਿਲਦੇ ਉੱਥੋਂ ਹੀ ਅੰਦਾਜ਼ਾ ਅੰਦਾਜ਼ਾ ਲੱਗ ਗਿਆ ਵੀ ਅੱਗੇ ਬਲੈਕੀਆ ਜਿਹੜਾ ਬਣਾਉਣਾ ਈਜ਼ੀ ਹੈ ਨਾ ਕਿਉਂਕਿ ਪਹਿਲਾਂ ਜਿਹੜਾ ਸਾਡਾ ਹੀਰੋ ਆ ਬਿਲਕੁਲ ਉਹ ਆਲਰੇਡੀ ਇਹ ਸਾਰੇ ਪੁੱਠੇ ਕੰਮ ਕਰਦੇ ਹੀ ਰਿਹਾ ਦੇਖੋ ਆਪਣੀਆਂ ਗਲਤੀਆਂ ਬੰਦੇ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਮੈਂ ਖੁਦ ਕਹਿੰਦਾ ਮੈਂ ਬਹੁਤ ਬੈਡ ਡਾਂਸਰ ਹਾਂ